ਸਾਈ ਨਹੀਂ ਚਲੇਗੀ, ਨਹੀਂ ਚਲੇਗੀ। ਪੰਜਾਬ ਕੈਮ ਐਸੋਸੀਏਸ਼ਨ ਜਿੰਦਾਬਾਦ, ਜਿੰਦਾਬਾਦ। ਸਾਡੀ ਸਾਰਿਆਂ ਦੀ ਇੱਕੋ ਆਵਾਜ਼, ਸਾਡੀ ਸਾਰਿਆਂ ਦੀ ਇੱਕੋ ਆਵਾਜ਼। ਹਾਏ 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 ਹਾਏ। ਮੈਂ ਕਹੂੰਗਾ ਉਸ ਦੀ ਦਖਲਅੰਦਾਜ਼ੀ ਤੁਸੀਂ ਕੋ ਬੰਦ ਕਰੋ। ਸਰਕਾਰ ਧੱਕੇਸ਼ਾਹੀ, 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 ਧੱਕੇਸ਼ਾਹੀ। ਪੰਜਾਬ ਸਰਕਾਰ, ਪੰਜਾਬ ਸਰਕਾਰ, ਧੱਕੇਸ਼ਾਹੀ, ਪੰਜਾਬ ਸਰਕਾਰ। ਹਾਂਜੀ, ਅੱਜ ਦੀ ਜਿਹੜੀ ਰੋਸ ਰੈਲੀ ਹੈ ਜ਼ਿਲ੍ਹਾ ਦੇ ਨੇ, ਔਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਜਾਂਦੇ ਹਾਂ। ਅੱਜ ਸੰਪੂਰਨ ਬੰਦ ਹੈ ਪੂਰੇ ਪੰਜਾਬ ਦੇ ਵਿੱਚ ਕੈਮ ਐਸੋਸੀਏਸ਼ਨ ਵੱਲੋਂ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਪੰਜਾਬ ਮੈਂ ਜੋ ਪੰਜਾਬ ਸਰਕਾਰ। ਹਾਏ 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 ਪੰਜਾਬ ਕੈਮ ਐਸੋਸੀਏਸ਼ਨ ਦਾ ਪ੍ਰੋਟੈਸਟ ਹੈ। ਪੰਜਾਬ ਦੇ 26,000 ਕੈਮਿਸਟ ਹੈ ਜਿਨ੍ਹਾਂ 'ਤੇ ਪੰਜਾਬ ਸਰਕਾਰ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ। ਐਜ਼ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਸਾਡੀਆਂ ਦੁਕਾਨਾਂ 'ਤੇ ਡਰੱਗ ਅਥਾਰਟੀ ਨੂੰ ਚੈੱਕ ਕਰ ਸਕਦੀ ਹੈ। ਪੁਲਿਸ ਦੇ ਦਾਦਾ ਬਾਲਾਂ ਦਾ ਬੰਦੇ ਨਾ ਐਡਮਿਨਿਸਟ੍ਰੇਸ਼ਨ ਦਾ ਬੰਦਾ ਆ ਕੇ ਸਾਡੀ ਦੁਕਾਨ 'ਤੇ ਧੱਕਾ ਕਰਦਾ, ਉਹ ਬਿਲਕੁਲ ਨਹੀਂ ਅਸਹਿਮ ਕਰਾਂਗੇ। ਦੂਜੀ ਈ ਫਾਰਮੇਸੀ ਔਨਲਾਈਨ ਜਿਹੜੀ ਮਾਲ ਮਿਲਦਾ ਹੈ ਉਹ 'ਤੇ ਤੁਸੀਂ ਪਾਥੀ ਭੇਜ ਦਿਓ, ਔਨਲਾਈਨ ਮੰਗਵਾ ਲਓ, ਉਹ ਚਾਹੇ ਜਿੱਦਾਂ ਦੀ ਮਰਜ਼ੀ ਆਈਟਮ ਮੰਗਵਾ ਲਓ। ਸਾਡੀਆਂ 5-6 ਦਵਾਈਆਂ ਜਿਹੜੀਆਂ ਸਰਕਾਰ ਨੇ ਸਾਡੇ ਬੈਨ ਲਾਈਆਂ, ਨਾ ਅਸੀਂ ਲਿਆਉਂਦੇ ਹਾਂ ਨਾ ਅਸੀਂ ਵੇਚਦੇ ਹਾਂ, ਬੇਮਤਲਬ ਦਾ ਪਰੇਸ਼ਾਨ ਕੀਤਾ ਜਾ ਰਿਹਾ। ਜੇ ਇਹ ਜਿਹੜਾ ਮਜ਼ਾਰਾ, ਇਹ ਜਿਹੜਾ ਬੰਦ ਅੱਜ ਦਾ ਦਿਨ ਹੈ, ਜੇ 5 ਦਿਨ 'ਚ ਸਰਕਾਰ ਨੇ ਸਾਡਾ ਕਹਿਣਾ ਨਹੀਂ ਮੰਨਿਆ, ਜੇ ਸਾਡੇ ਧੱਕੇਸ਼ਾਹੀ ਨਹੀਂ ਬੰਦ ਕੀਤੀ, ਤਾਂ ਇੱਥੇ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾਊਗਾ। ਇਹ PCA ਦਾ ਹੁਕਮ ਹੈ। ਹੁਣ ਇਹ ਅਸੀਂ ਸਾਰੇ ਇਕੱਠੇ ਹੋ ਗਏ, ਜਿੰਨੇ ਯੂਨਿਟ ਹੈ ਸਾਡੇ 'ਚ ਹੈ, ਨਵਾਂਸ਼ਹਿਰ ਜੂਨ, ਜਵਾਲਾ ਜੂਨ, ਬੰਗਾ ਜੂਨ, ਰਾਹੋਂ ਜੂਨ, ਔਰ ਜੂਨ, ਬਲਾ ਚੌਂ ਜੂਨ, ਔਰ ਇਹ ਪੂਰਾ ਜ਼ਿਲ੍ਹਾ ਇਕੱਠਾ। ਜ਼ਿਲ੍ਹੇ ਦਾ ਸਾਡਾ 400 ਬੰਦਾ, 400 ਦਾ 400 ਇੱਥੇ ਆਇਆ ਹੈ। ਹੁਣ ਅਸੀਂ ਜਾਵਾਂਗੇ ਸਿੱਧੇ DC ਕੋਰਟ, ਉਹਨੂੰ ਮੈਂ ਮਿਲਣ ਦੇਵਾਂਗੇ DC ਸਾਹਿਬ ਨੂੰ, ਜਿਹੜਾ ਕਿ ਮੁੱਖ ਮੰਤਰੀ ਨਾਂ ਲਿਖਿਆ ਹੈ। ਇਹ ਅੱਜ ਦੇਣ ਤੋਂ ਬਾਅਦ ਜੇ ਅਗਲਾ ਕੰਮ ਸਾਡਾ ਨਾ ਹੋਇਆ, ਆਉਣ ਵਾਲੇ 5 ਦਿਨ ਬਾਅਦ ਇਹ ਤੋਂ ਵੱਡਾ ਮਜ਼ਾਰਾ ਹੋਊਗਾ, ਔਰ ਸਾਰੀਆਂ ਦੁਕਾਨਾਂ ਅਣਮਿੱਥੇ ਸਮੇਂ ਲਈ ਬੰਦ ਹੋਣਗੀਆਂ। ਅੱਜ ਪੂਰਾ ਪੰਜਾਬ ਦਾ, ਪੰਜਾਬ ਪੂਰਾ ਬੰਦ ਹੈ, ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਪੂਰਾ ਬੰਦ ਹੈ।